ਮੇਰਾ ਵੀ 60 ਕਿਲੋ ਤੋਂ ਲੈ ਕੇ 80 ਕਿਲੋ ਤੱਕ ਵਾਜ ਜਾਂਦੇ ਆ ਇੰਨੇ ਹੀ ਰਿਹਾ ਕੈਰੀਅਰ ਦੇ ਵਿੱਚ ਸਹੀ ਤਾਂ ਜੇ 60 ਕਿਲੋ ਵਾਜ ਰਹੀ ਸੀ ਪਾਕਿਸਤਾਨ 'ਚ ਫੜੇ ਨਹੀਂ ਸੀ ਹੁੰਦਾ ਅੱਛਾ ਜੀ ਸਕੂਲ ਸਤਾ ਦੇ ਪਈ ਖੇਡਦਾ ਸੀ ਨਾ ਜਿੱਲੇ ਤੇ ਉਸ ਵੇਲੇ ਉਹ 60 ਕਿਲੋ ਜੀ ਤਾਂ ਵੀ ਨਹੀਂ ਪੜ ਹੁੰਦਾ ਪਾਕਿਸਤਾਨ 'ਚ ਸਹੀ ਜੀ ਸਿਆਦ ਗੁਜਰ ਤੇ ਸ਼ਰਫੀ ਜਿਹੜਾ ਨਾ ਹਾਂਜੀ ਇਹ ਪਾਕਿਸਤਾਨ ਦੇ ਬਹੁਤ ਤਗੜੇ ਜਾਫੀ ਹੋਏ ਆ ਹਾਂਜੀ ਇਹਨਾਂ ਨਾਲੋਂ ਵੀ ਤਗੜੇ ਜਾਫੀ ਹੁੰਦੇ ਸੀ ਉਹਨਾਂ ਵਕਤਾਂ 'ਚ 5-5 6-6 ਜਾਫੀ ਜਿਹੜੇ ਇੱਕੋ ਜਿਹੇ ਹੁੰਦੇ ਸੀ ਸਹੀ ਜੀ ਇਹ ਪਾਕਿਸਤਾਨ ਚ ਕਿਸੇ ਜਾਫੀ ਨੇ ਨਹੀਂ ਇਹ ਦਾਵਾ ਕੀਤਾ ਸਹੀ ਜੀ ਤੇ ਵਾਸ ਪੱਠੀ ਕਹਿੰਦਾ ਮੈਸੇਜ ਨੂੰ ਭੜਨਾ ਮੈਂ ਕਹਿੰਦਾ ਜਫਾ ਲੱਗ ਜਾਂਦਾ ਕੋਈ ਗੱਲ ਨਹੀਂ ਹਾਂਜੀ ਤੂੰ ਇਹ ਦੱਸਣਾ ਕਿ ਮੈਂ ਕੋਈ ਨਹੀਂ ਜਾਣਦਾ ਅੱਛਾ ਜੀ ਰਾ ਮਕਬੂਲੀ ਜਫੇ ਲਾਟਿਆ ਹਾਂਜੀ ਸਾਰੇ ਪਾਕਿਸਤਾਨ ਦੇ ਜਿੰਨੇ ਤਗੜੇ ਸਾਈ ਸੀ ਲਾਏ ਛੱਡੀ ਨਹੀਂ ਲੱਗਦਾ ਉਹਦੇ ਜਫਾ ਲਾਇਨ ਕੋਈ ਵੀ ਨਹੀਂ ਬੰਦਾ ਪੱਠੇ ਪੱਠੇ ਵੱਡੇ ਨਾਲ ਵੀ ਜਫਾ ਲਾਏਗਾ ਉਹ ਕੋਈ ਨਹੀਂ ਹੱਥ ਵਾਲੀ ਸਹੀ ਉਹ ਹੁੰਦਾ ਪਾ ਆਪਣਾ 12 ਨਹੀਂ ਹੁੰਦਾ ਤਾਂ ਅਸੀਂ ਉਹ ਕਹਿੰਦੇ 16 ਨੇ ਇਹ ਹੈਗਾ 20 ਨੇ ਸਹੀ ਜੀ ਮੇਰੇ ਬੱਚੇ ਨਾਲ ਬੱਚਾ ਹੀ ਕੋਈ ਨਹੀਂ ਮੇਰੇ 플레이 ਨਾਲ 플레이 ਕੋਈ ਨਹੀਂ ਉਹਨੂੰ ਅਸੀਂ ਕਰ ਹੁਣ ਆਜ ਕੱਲ ਮੀਡੀਆ ਖਰਾਬ ਕਰਦਾ ਹਾਂਜੀ ਬੱਲੇ ਬੱਲੇ ਉਹ ਦੱਸ ਜੇ ਕਬੱਡੀ ਮੋੜਦਾ ਕਹਿੰਦੇ ਬੱਲੇ ਬੱਲੇ ਜਿਸ ਵੇਲੇ 플레이 ਖਰਾਬ ਹੁੰਦਾ ਉਹਨੂੰ ਜਿਹਦੇ ਹਵਾ ਮਿਲਦੀ ਨਾ ਪੁੱਛਦੇ ਦੱਸ ਬismillahirrahmanirrahim ਅਸਲਾਮੁਅਲੈਕਮ ਨਾਜ਼ਰਿਨ ਤੁਸੀਂ ਵੇਖ ਰਹੇ ਹੋ ਸ਼ਹੀਨ ਆਫ ਏਸ਼ੀਆ ਤੇ ਮੈਂ ਤੁਹਾਡਾ ਮੇਜ਼ਬਾਨ ਸ਼ਹਬਾਜ਼ ਸ਼ਹੀਨ ਐਸ ਵਿਲੇਜ ਜੀ ਅਸੀਂ ਪੰਜਾਬ ਪਾਕਿਸਤਾਨ ਜ਼ਿਲ੍ਹਾ ਫੈਸਲਾਬਾਦ ਫੈਸਲਾਬਾਦ ਦੀ ਤਹਿਸੀਲ ਸਮੁੰਦਰੀ ਤੇ ਪਿੰਡ ਹੈ ਜੀ 142 ਗਾਬੇ 142 ਦੇ ਵਿੱਚ ਮੇਨਾ ਮੌਜੂਦ ਨੇ ਜੀ ਕਬੱਡੀ ਦੀ ਦੁਨੀਆ ਦੇ ਵਿੱਚ ਉਸਤਾਦਾਂ ਦੇ ਉਸਤਾਦ ਬਾਬਾ ਇੱਕ ਕਬੱਡੀ ਕਬੱਡੀ ਦੇ ਵਿੱਚ ਇੱਕ ਬਹੁਤ بڑا ਮੰਨਿਆ ਤੇ ਪਰਮੰਨਿਆ ਨਾਮ ਬਾਬਾ ਜੀ محمد ਅਸ਼ਫਾਕ ਅਲਮਰੂ ਬਾਬਾ ਸ਼ਾਕੋ ਗੁਜਰ 254 ਰੇਬੇ ਸਮੁੰਦਰੀ ਰੋਡ ਆਲਾ ਸਿੰਘ ਵਾਲੇ ਤੇ ਦੁਨੀਆ ਜਾਣਦੀ ਹੈ ਕਿ ਕਬੱਡੀ ਦੇ ਵਿੱਚ ਇੱਕ ਕਬੱਡੀ ਦਾ ਮਹਿੰਗਾ ਹੀਰਾ ਪੈਦਾ ਹੋਇਆ ਜਿਸ ਨੇ ਪੂਰੀ ਦੁਨੀਆ ਦੇ ਵਿੱਚ ਲਹਿੰਦੇ ਚੜ੍ਹਦੇ ਜਿੰਦਿਆਂ ਤੋਂ ਮਾਂ ਲੈਂਦਾ ਪੰਜਾਬ ਹੋਵੇ ਚੜ੍ਹਦਾ ਪੰਜਾਬ ਹੋਵੇ ਕੈਨੇਡਾ ਹੋਵੇ ਜਿੱਥੇ ਪੰਜਾਬੀ ਵੱਸੇ ਆ ਜਿੱਥੇ ਪੰਜਾਬੀਆਂ ਦੀ ਖੇਡ ਹੋਈ ਆ ਉਥੇ ਟਡਲੇਦਾਰ ਇੱਕ ਨਾਮ ਗੁੰਜਿਆ ਚੌਧਰੀ ਸੈਦ ਗੁਜਰ ਅਲਾ ਸਿੰਘ ਵਾਲੇ ਕਿ ਬਾਬਾ ਜੀ ਦੇ ਸ਼ਾਗਿਰਦੇ ਖਾਸ ਤੇ ਬਾਬਾ ਜੀ ਦੇ ਭਾਂਜੇ ਤੇ ਬਾਬਾ ਜੀ ਦੀ ਇੱਕ ਪਹਿਚਾਨ ਸੈਦ ਗੁਜਰ ਮਰਹੂਮ ਅਲਾ ਸਿੰਘ ਵਾਲੇ ਉਹਨਾਂ ਦੇ ਉਸਤਾਦ ਮਹਤਮਰਮ ਨੇ ਬਾਬਾ ਜੀ ਸੋ ਬਾਬਾ ਜੀ ਨਾਲ ਅੱਜ ਸੀ ਕਬੱਡੀ ਦੇ ਮਤਲਕਾ ਗੱਲਾਂ ਬਾਤਾਂ ਕਰਾਂਗੇ ਜੀ ਅਸਲਾਮੁਅਲੈਕਮ ਜੀ ਵਾਲੇਕਮ ਸਲਾਮ ਜੀ ਬਾਬਾ ਜੀ ਕੀ ਹਾਲ ਹੈ ਜੀ ਚੰਗੇ ਜੀ ਆਪਣੇ ਸਭ ਹੋਰ ਸਿਹਤ ਵੀ ਬਾਬਾ ਜੀ ਠੀਕ ਠਾਕ ਹੈ ਜੀ ਮਾਸ਼ਾਅੱਲਾ ਅੱਲਾ ਸ਼ੁਕਰ ਤੁਸੀਂ ਸਭ ਜੀ ਬਾਬਾ ਜੀ ਜਦ 1947 ਦੇ ਵਿੱਚ ਵੰਡ ਹੋਈ ਜੀ ਜੀ ਤੁਸੀਂ ਉਦੋਂ ਹੈ ਸੋ ਜਾਂ ਕਿ ਤੁਹਾਡੇ ਤੋਂ ਪਹਿਲਾਂ ਵੰਡ ਹੋਈ ਜੀ ਨੇ ਪਹਿਲੇ ਵੰਡ ਹੋਈ ਮੇਰੀ 51 50 51 ਦੀ ਤਿਆਸ਼ਾ ਜੀ ਅੱਛਾ ਜੀ ਜਿਹੜੇ ਬਾਬਾ ਜੀ ਤੁਹਾਡੇ ਬਡੇਰੇ ਆ ਤੁਹਾਡੇ ਬਜ਼ੁਰਗ ਆ ਉਹ ਚੜਦੇ ਪੰਜਾਬ ਚੋਂ ਕਿਹੜੇ ਇਲਾਕੇ ਦੇ ਵਸਨੀਕ ਸੀ ਕਿਹੜੇ ਜ਼ਿਲ੍ਹੇ ਦੇ ਸ਼ਹਿਰੀ ਸੀਗੇ ਜੀ ਉਹ ਜ਼ਿਲ੍ਹਾ ਸ਼ਰਪੁਰ ਦੇ ਸ਼ਹਿਰੀ ਸੀ ਜੀ ਅੱਛਾ ਜੀ ਉੱਥੋਂ ਆ ਕੇ ਤੁਸੀਂ ਇੱਥੇ ਅਲਾ ਸਿੰਘ ਆਬਾਦ ਹੋਏ ਜੀ ਸਾਰੇ ਹਾਂਜੀ ਅੱਛਾ ਜੀ ਅਲਾ ਸਿੰਘ ਠੀਕ ਜੀ ਤੇ ਬਾਬਾ ਜੀ ਅਲਾ ਸਿੰਘ ਚੋਂ ਤੁਸੀਂ 142 ਦਾ ਸਫ਼ਰ ਕਿਦਾਂ ਕੀਤਾ ਜੀ ਏ ਮੇਰੀ ਨਾਂ ਗੰਗਾ ਪਿੰਡ ਹੈ ਜੀ ਅੱਛਾ ਜੀ ਤੇ ਇਹ ਮਾਮੇ ਮੇਰਾ ਪੁੱਤਰ ਸੀ ਉਹ ਫੋਟ ਹੋ ਗਿਆ ਫਿਰ ਮੈਨੂੰ ਅੱਥੇ ਆਉਣਾ ਪਿਆ ਅੱਛਾ ਜੀ ਫਿਰ ਤੁਸੀਂ ਇਸ ਪਿੰਡ ਚ ਆ ਕੇ ਹਾਂ ਇਸ ਪਿੰਡ ਜਾ ਕੇ ਤੇ ਮਾਮੇ ਮੇਰੇ ਕੋਈ ਨਹੀਂ ਸੀ ਫੋਟ ਹੋ ਗਿਆ ਸੀ ਅੱਛਾ ਜੀ ਤੇ ਮਾਮੇ ਦਾ ਬੱਚਾ ਸੀ ਇੱਕ ਤਾਂ ਉਹ ਫੋਟ ਹੋ ਗਿਆ ਉਸ ਦੀ ਸ਼ਾਦੀ ਵੀ ਕੋਈ ਨਹੀਂ ਸੀ ਹੋਈ ਅੱਛਾ ਜੀ ਤੇ ਫਿਰ ਮੈਂ 42 ਆ ਗਿਆ ਜੀ ਤੁਸੀਂ ਫਿਰ ਥੇ 42 ਪਿੰਡ ਚ ਆ ਕੇ ਬਾਦ ਹੋ ਗਏ ਜੀ ਹਾਂ ਸਹੀ ਜੀ ਭਾਈ ਮੇਰੇ ਉੱਥੇ ਸਾਰੇ ਸਾਜਰ ਥੋੜੀ ਬਾਕੀ ਫੈਮਿਲੀ ਜਿਹੜਾ ਕੁੰਬਕਬੀਲਾ ਰਿਸ਼ਤੇਦਾਰ ਸਾਰੇ ਆ ਉਹ ਵਾਲਾ ਸਿੰਘ ਜੀ ਸ਼ਰੀਕਾ ਕਬੀਲਾ ਸਾਰੇ ਉੱਥੇ ਹੀ ਆ ਹਾਂਜੀ ਉੱਥੇ ਅੱਛਾ ਜੀ ਤੇ ਬਾਬਾ ਜੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿੰਨੀਆਂ ਗੇਮਾਂ ਖੇਡੀਆਂ ਜੀ ਮੈਂ 8 ਗੇਮਾਂ ਨੌ ਕੀਤੀਆਂ ਅੱਛਾ ਜੀ ਆਰਮੀ ਵਿੱਚ ਰਹਿ ਕੇ ਫੌਜ ਵਿੱਚ ਕਬੱਡੀ ਹੈ ਨਹੀਂ ਸੀ ਅੱਛਾ ਜੀ ਤੇ ਜਿਸ ਵੇਲੇ ਮੇਰੇ ਤੇ ਵਾਕਰ ਸੀ ਉਹਨਾਂ ਕਬੱਡੀ ਫੌਜ ਬਣ ਰਹੀ ਹੈ 70 ਤੋਂ ਲੈ ਕੇ 86 ਤੱਕ ਅੱਛਾ ਤੁਸੀਂ ਬਾਬਾ ਜੀ ਭਰਤੀ ਕਿਹੜੇ ਸਾਲ ਚ ਹੋਇਆ ਸਾਲ 77 ਚ ਮੈਂ ਭਰਤੀ ਹੋਇਆ ਅੱਛਾ ਜੀ ਤੇ ਤੇ ਰਿਟਾਇਰ ਕਿਦੋਂ ਹੋਇਆ ਰਿਟਾਇਰ ਸਾਨੂੰ 90 ਚ ਹੋਇਆ ਮੈਂ ਅੱਛਾ 72 ਤੋਂ ਲੈ ਕੇ 90 ਤੱਕ ਤੁਸੀਂ ਰਹੇ ਜੀ ਹਾਂ ਉੱਥੇ ਗੇਮਾਂ ਕੀਤੀਆਂ ਕਬੱਡੀ ਆਪਣਾ ਹਾਕੀ ਖੇਲੀ ਹੈ ਅੱਛਾ ਜੀ ਕੁਸ਼ਤੀ ਕੀਤੀ ਹੈ ਫਟਕਿੰਗ ਜੀ ਮੈਂ 3 ਗੇਮਾਂ ਕਰਦਾ ਸੀ 5 ਘਾਟਦਾ ਸੀ ਕਿਹੜੀਆਂ ਖੇਡੀਆਂ ਆਪਾ ਜੀ ਲਾਂ ਜਾਂ ਪਾਸਟਾਂ ਜਾਂ 110 ਮੀਟਰ ਹੱਡਲ ਤੇ 100 ਮੀਟਰ ਰੇਲ ਤੇ 400 ਮੀਟਰ ਰੇਲ ਅੱਛਾ ਜੀ ਤੇ ਆਪਣਾ ਕੁਸ਼ਤੀ ਵੀ ਕਰਦਾ ਸੀ ਹਾਕੀ ਵੀ ਖੇਡਦਾ ਸੀ ਫੁੱਟਬਾਲ ਵੀ ਖੇਡਦਾ ਸੀ ਅੱਛਾ ਜੀ ਕਬੱਡੀ ਜੇ ਉਸਲੇ ਆਈ ਹੈ ਜਿਸ ਵੇਲੇ ਸਾਡਾ ਨਾ ਟਾਈਮ ਮੁੱਕ ਗਿਆ کراچی ਦੇ ਵਿੱਚ ਕਬੱਡੀ ਆ ਯਾ ਆਰਮੀ ਦੇ ਵਿੱਚ ਤੇ 86 ਮੈਂ ਕਬੱਡੀ ਜੀਨਰ ਕੀਤੀ ਆ کراچی ਜ਼ੋਨ ਦੇ ਵਿੱਚ اچھا ਜੀ ਹਾਂ ਮੇਰੀ ਟੀਮ ਜਿਹੜੀ ਫਾਸਟ ਹੋਈ ਹੈ ਜਾਨੀ 4-5 ਸਾਲ ਤੁਸੀਂ ਕਬੱਡੀ ਖੇਡੀ ਆ ਫੌਜ ਦੇ ਵਿੱਚ ਹਾਂ ਫੌਜ ਖੇਡਿਓ ਉਸੇ ਸਾਲ ਮੈਂ 86 ਆਰਮੀ ਖੇਡਦੇ ਮੇਰਾ ਗੋੜਾ ਨਿਕਲ ਗਿਆ اچھا ਜੀ ਉਹ ਤੋਂ ਬਾਅਦ ਵਿੱਚ ਡਾਇਮੰਡ ਹੋ ਗਿਆ ਫਿਰ 2-3 ਸਾਲ ਖੇਡਿਓ ਉਹ ਗੋੜਾ ਸੈਟ ਨਹੀਂ ਸੀ ਸਹੀ ਜੀ ਫਿਰ ਤੇ ਬਸ ਵਕਜੀਪੁਰ ਆ ਗਿਆ ਸੀ ਮੈਂ ਪਰティ ਹੁਣ ਤੋਂ ਪਹਿਲਾਂ ਤੁਸੀਂ ਆਪਣੇ ਲੋਕਲ ਸੱਤਾ ਦੇ ਉੱਤੇ ਕਿਹੜੀਆਂ ਗੇਮਾਂ ਖੇਡਦੇ ਸੀਗੇ ਜੀ ਲੋਕਲ ਸੱਤਾ ਦੇ ਕਬੱਡੀ ਆ ਆਪਣਾ ਕਬੱਡੀ ਖੇਡਦਾ ਸੀ ਮੈਂ ਪਿੰਡ 'ਚ ਜੀ ਆ ਪਿੰਡ ਵਿੱਚ ਇਹ ਹਾਕੀ ਖੇਡਦਾ ਸੀ ਅੱਛਾ ਜੀ ਤੇ ਕੁਸ਼ਤੀ ਕਰਦਾ ਸੀ ਤੇ ਤੁਹਾਡੇ ਬਾਬਾ ਜੀ ਕਬੱਡੀ ਦੇ ਉਸਤਾਦ ਕਿਹੜੇ ਸੀਗੇ ਜੀ ਮੇਰੇ ਕਬੱਡੀ ਦੇ ਜਿਹੜਾ ਉਸਤਾਦ ਹੈ ਮੇਰਾ ਵੱਡਾ ਭਾਈ ਹੈ ਅੱਛਾ ਕੀ ਨਾਮ ਉਹਨਾਂ ਦਾ ਜੀ ਉਹਨਾਂ ਦਾ ਨਾਮ ਹੈਗਾ ਸਰਦਾਰ ਸੁਲਤਾਨ ਜੀ ਸਰਦਾਰ ਸਰਦਾਰ ਜੀ ਹਜਾਤ ਨੇ ਜੀ ਨਹੀਂ ਫੌਜ ਹੋ ਗਏ ਅੱਛਾ ਜੀ ਤੁਸੀਂ ਉਹਨਾਂ ਕੋਲ ਕਬੱਡੀ ਸਿੱਖੋ ਖੁਦ ਵੀ ਕਬੱਡੀ ਦੇ ਪਲੇਅਰ ਸੀਗੇ ਜੀ ਕਬੱਡੀ ਦੇ ਪਲੇਅਰ ਇਸ ਫੌਜ ਦੇ ਨੌਕਰੀ ਕਰਦੇ ਸੀ ਅੱਛਾ ਜੀ ਤੇ ਫਿਰ ਬਾਬਾ ਜੀ ਤੁਸੀਂ 72 ਚ ਤੁਸੀਂ ਆਰਮੀ ਦੇ ਵਿੱਚ ਸਨ 72 ਚ ਭਰਤੀ ਹੋਏ ਜੀ ਹਾਂਜੀ ਤੇ ਤੁਸੀਂ 90 ਤੱਕ ਕੀਤੀ ਨੌਕਰੀ ਜੀ 18 ਸਾਲ ਹਾਂ 90 ਤੇ ਕਬੱਡੀ ਆਈ 86 ਦੇ ਵਿੱਚ ਹਾਂਜੀ ਤੇ ਉਹ ਤੁਸੀਂ 90 ਚ ਟੈਰ ਹੋ ਗਏ 4 ਸਾਲ ਹਾਂਜੀ ਲੇਕਿਨ ਜਿਹੜਾ ਦੁਰਾਨੀਆਂ ਹਾਂਜੀ ਉਹਦੇ ਵਿੱਚ ਕਬੱਡੀ ਫਿਰ ਤੁਸੀਂ ਆਪਣੇ ਪਿੰਡ 'ਚ ਖੇਡਦੇ ਛੁੱਟੀਆਂ ਹੁੰਦੇ ਸੀਗੇ ਜਾਂ ਜਿਆਦਾ ਚਿਰ ਪਿੰਡ ਰਹਿੰਦੇ ਸੀਗੇ ਦਿਨ ਕਿੱਡਾ ਕੱਟ ਜਾਂਦੇ ਸੀਗੇ ਨਹੀਂ ਨਹੀਂ ਡਿਵਿਟੀ ਦੇ ਜਿਆਦਾ ਨਾਲ ਕੋਈ ਗੇਮਾਂ ਬਹੁਤ ਸੀ ਮੇਰੀਆਂ ਅੱਛਾ ਜੀ ਉਹ ਆਣਾ ਕਿ ਛੁੱਟੀ ਆਣਾ ਕੋਈ 10 ਦਿਨ ਮਹੀਨਾ ਤੇ ਮੁੰਡੇ ਚਾਰ ਕੱਢਨੇ ਤੇ ਕਬੱਡੀ ਖੇਡਣੀ ਅੱਛਾ ਜੀ ਫਿਰ ਸਾਨੂੰ 1981 ਦੇ ਵਿੱਚ ਮੈਂ ਟੀਮ ਲੈ ਕੇ ਸਮੁੰਦਰੀ ਆਇਆ ਅੱਛਾ ਜੀ ਇਹ 478 ਅੱਛਾ ਜੀ ਤੇ ਫਰਵਰੀ ਦੀ ਗੱਲ ਹੈ ਹਾਂਜੀ ਤੇ ਇਸ ਟੂਰਨਾਮੈਂਟ ਖੇਡਿਆ ਤੇ ਇੱਥੇ ਫਿਰ ਜੇਵਨਰ ਕੀਤਾ ਅੱਛਾ ਜੀ ਤੇ ਉਤੋਂ ਲੈ ਕੇ ਫਿਰ 99 90 ਤੱਕ ਮੇਰੀ ਟੀਮ ਜਿੰਨਰ ਰਹੀ ਹੈ ਇਸ ਵਾਰ ਤੁਸੀਂ ਇੰਨੀਆਂ ਗੇਮਾਂ ਖੰਗਣਾਈਆਂ ਜਿਹੜੀਆਂ ਤੁਸੀਂ ਆਰਮੀ ਦੇ ਵਿੱਚ ਖੇលਦੇ ਰਹੇ 18 ਸਾਲ ਤੁਸੀਂ ਸਰਵਿਸ ਕੀਤੀ ਆਰਮੀ ਦੇ ਵਿੱਚ ਇੱਕ ਵੱਡੀ ਨਹੀਂ ਸੀ ਹੈ ਲੇਕਿਨ ਤੁਸੀਂ ਇਸ ਮਾਸ਼ਲੇ ਦੇ ਵਿੱਚ ਪੰਜਾਬ ਦੇ ਵਿੱਚ ਦੁਨੀਆ ਦੇ ਵਿੱਚ ਕਬੱਡੀ ਦੇ ਨਾਮ ਨਾਲ ਮਸ਼ਹੂਰ ਹੋਏ ਜੀ ਬਾਕੀ ਗੇਮਾਂ ਅਜ ਕਿਉਂ ਨਹੀਂ ਮਸ਼ਹੂਰ ਹੋਏ ਜੀ ਦੂਜਾ ਇੱਕ ਉਹ ਫੌਜ ਦੇ ਵਿੱਚ ਕਬੱਡੀ ਗੇਮ ਸੀਗੀ ਅੱਛਾ ਜੀ ਉਹਦੇ ਵਿੱਚ ਇੱਕ ਮੈਂ ਇੱਕ ਗੇਮ ਕਰਕੇ ਜਾਂਦਾ ਸੀ ਅੱਗੇ ਹਾਂਜੀ ਤੋਂ ਦੂਸੀ ਪਿੱਛੇ ਸ਼ੁਰੂ ਹੋ ਜਾਂਦੀ ਸੀ ਵਾਪਸ ਫੇਰ ਬਾਲ ਲਾਉਂਦੇ ਸੀ ਅੱਛਾ ਜੀ ਤੇ ਮੈਂ ਆਪਣਾ ਆਰਮੀ ਤੋਂ ਅੱਗੇ ਫੇਰ ਜਾ ਨਹੀਂ ਸਕਿਆ ਨੇ ਆਰਮੀ ਤਾਂ ਬਾਤ ਤੁਸੀਂ ਇੱਥੇ ਐਸ ਜ਼ਿੰਦਗੀ ਦੇ ਵਿੱਚ ਤੁਸੀਂ ਕਬੱਡੀ ਜੀ مشهور ਹੈ ਦੂਸਰੀਆਂ گیمਾਂ ਵਿੱਚ ਤੁਹਾਨੂੰ ਕੋ ਜਾਣਦਾ ਹੀ ਨਹੀਂ ਨਹੀਂ ਦੂਸਰੇ ਦੂਸਰੇ گیمਾਂ ਫੌਜ ਦੇ ਵਿੱਚ ਇੱਥੇ ਹੈ ਨਹੀਂ ਅੱਛਾ ਅੱਛਾ ਸਿਵਲ ਉਹ ਸਿਵਲ ਚ ਸਿਰਫ ਕਬੱਡੀ ਆ ਦੁਨੀਆਂ گیمਾਂ ਨਹੀਂ ਹੈਗੇ ਜਿਵੇਂ ਆਰਮੀ ਜਾਂਦੇ ਸੀ ਕਿ ਉੱਥੇ ਦੁਨੀਆਂ گیمਾਂ ਸੀ ਕਬੱਡੀ ਨਹੀਂ ਸੀ ਕਬੱਡੀ ਨਹੀਂ ਸੀ ਯਾਰ ਪਪਾ ਜੀ ਇਹ ਤਾਂ ਫਿਰ ਤੁਸੀਂ ਬੜੀ ਕਸ਼ਮਕਸ਼ ਚ ਤੁਹਾਡਾ ਕੈਰੀਅਰ ਰਿਹਾ ਸਕੋਰ ਉਹ ਕਹਿ ਰਹੇ ਇਦਾਂ ਹੈ ਜੀ ਕਿ ਜਿਸ ਵੇਲੇ ਮੁੰਡੇ ਤਿਆਰ ਕੀ ਤਿਆਰ ਰੱਖੇ ਟੂਰਨਾਮੈਂਟ ਆਣਾ ਦੇ ਇਹਨਾਂ ਨੇ ਜਾਂ ਬੰਦਾ ਭੇਜਣਾ ਮੈਨੂੰ ਅੱਛਾ ਜੀ ਤੇ ਜਾ ਖਤ ਜਾਣਾ ਜਾਂ ਕੋਈ ਪਿੱਛੇ ਕੋਈ ਬਿਮਾਰ ਕਰ ਦੇਣਾ ਕੋਈ ਐਮਰਜੈਂਸੀ ਪਾ ਦੇਣੀ ਹੈ ਫਿਰ ਆਣ ਕੇ ਟੂਰਨਾਮੈਂਚ ਛੁੱਟੀ ਲੈ ਆਉਣੀ ਜੀ ਹਾਂ ਭਾਈ ਕਰਕੇ ਛੁੱਟੀ ਲੈਣੀ ਤੇ ਫਿਰ ਉਹ ਟੂਰਨਾਮੈਂਚ ਖੇਡ ਕੇ ਜਾਣੇ ਸਹੀ ਜੀ ਕੋਈ ਐਮਰਜੈਂਸੀ ਪਾ ਕੇ ਛੁੱਟੀ ਲੈਣੀ ਤੇ ਫਿਰ ਇਥੇ ਕਬੱਡੀ ਆ ਕੇ ਖੇਡ ਕੇ ਜਾਣੀ ਜੀ ਆ ਫੌਜ ਚ ਆਣ ਕੇ ਵੀ ਸਕੂਲਾਂ ਦੇ ਟੂਰਨਾਮੈਂਚ ਵੀ ਮੈਂ ਖੇਡਦਾ ਰਿਹਾ ਸਹੀ ਜੀ ਹਾਂ ਕਿਉਂਕਿ ਮੁੰਮਦ ਮੜਮੀ ਛੋੜੀ ਸੀ ਸਹੀ ਜੀ ਤੇ ਉਹ ਮੈਂ ਫੌਜ ਚ ਆਣ ਕੇ ਜਰ ਟੂਰਨਾਮੈਂਚ ਖੇਡਦਾ ਰਿਹਾ ਹਰ ਸਿੰਘ ਹਾਈ ਸਕੂਲ ਅੱਛਾ ਜੀ ਤੇ ਬੰਨਾਂ ਸ਼ੌਕੁੰਦਾ ਜੀ ਫੁੱਟਬਾਲ ਤੁਸੀਂ ਇੱਕ ਨਾਰਮਲ ਜੀ ਖੇਲੀ ਕਿ ਚੰਗੇ ਮਿਆਰੀ ਜੀ ਨਾਰਮਲ ਖੇਲੀ ਬਸ ਉਹ ਟੂਰਨੀ ਪੂਰਾ ਕੀਤਾ ਕੁਸ਼ਤੀ ਚੰਗੀ ਖੇਲੀ ਅੱਛਾ ਜੀ ਬਾਕੀ ਸੈਟਿੰਗ ਬਹੁਤ ਚੰਗੀ ਕੀਤੀ ਹੈ ਅੱਛਾ ਜੀ ਹਾਂ ਸਹੀ ਜੀ ਤੇ ਕਬੱਡੀ ਜਿਹੜੀ ਹੈ ਕਬੱਡੀ ਤੇ ਫਿਰ ਮਹਿਕਮੇ ਤੋਂ हट ਕੇ ਲੋਕਲ ਸੱਤਾ ਦੇ ਸੀਨਾ ਜੀ ਉਹ ਤੁਸੀਂ ਅੱਛੇ ਕੀਤੀ ਜੀ ਆਪਣੀ ਗੇਮ ਜੀ ਹਾਕੀ ਵੀ ਬਹੁਤ ਚੰਗੀ ਸੀਗੀ ਹਾਕੀ ਵੀ ਆਰਮੀ ਚ ਸੀਗੀ ਜੀ ਆਰਮੀ ਸੀਗੀ ਸਹੀ ਜੀ ਹਾਂ ਤੇ ਬਾਬਾ ਜੀ ਤੁਹਾਡੇ ਕਬੱਡੀ ਦੇ ਵਿੱਚ ਸ਼ਾਗਿਰਦ ਕਿਹੜੇ-ਕਿਹੜੇ ਹੋਏ ਜੀ ਕਬੱਡੀ ਦੇ ਸ਼ਾਗਿਰਦ ਮੇਰੇ ਮੁੰਡੇ ਮੈਂ 5-6 ਤਿਆਰ ਕੀਤੇ ਸੀ ਸਹੀ ਦੌਰਾਨ ਅੱਛਾ ਜੀ ਤੇ ਕੋਈ ਮੁੰਡੇ ਏਅਰ ਫੋਰਸ ਵਿੱਚ ਇੱਕ ਮੁੰਡਾ ਕਰਮ ਸੀਗਾ ਅੱਛਾ ਜੀ ਏਅਰ ਫੋਰਸ ਦਾ ਟੀਮ ਕਪਤਾਨ ਰਿਹਾ ਅੱਛਾ ਜੀ ਉਹ ਵੀ ਹਲਾ ਸਿੰਘ ਦਾ ਸੀ ਜੀ ਹਾਂ ਅੱਛਾ ਜੀ ਜੇ ਸੇਜ ਬਾਅਦ ਅੱਢ ਚਲ ਗਿਆ ਸੀ ਹਾਂ ਜੀ ਬਾਕੀ ਮੈਂ ਮੁੰਡੇ ਕੋ ਆਰਮੀ ਵਿੱਚ ਕਰਾ ਦਿੱਤੇ ਸੀ ਪਰ ਸਹੀ ਜੀ ਹਾਂ ਜਿਹੜੇ ਬਾਕੀ ਮੁੰਡੇ ਸੀ ਨਾ ਗੁਰ ਆਦਮੀ ਜਿਹੜੇ ਆਦਮੀ ਸੱਤਾ ਦੇ ਵਾਲੀ ਇਹਨਾਂ ਪੰਜਾਂ ਛਿਆਂ ਤੋਂ ਬਾਬਾ ਜੀ ਸਭ ਤੋਂ ਜ਼ਿਆਦਾ ਮਿਹਨਤ ਤੁਹਾਡੀ ਕਿਤੇ ਤੇ ਸੀਗੀ ਜੀ ਨਹੀਂ ਨਹੀਂ ਸਾਰਿਆਂ ਦੀ ਕੋਈ ਈ ਸੀ ਅੱਛਾ ਜੀ ਲੇਕਿਨ ਜੇ ਇੱਕ ਬੱਚਾ ਸਕੂਲੇ ਪੜ੍ਹਦੇ ਆ ਕੋਈ ਕੋਈ ਕਲਾਸ ਚ ਪੜ੍ਹਦੇ ਇੱਕ ਮਿਹਨਤ ਕਰਦਾ ਇੱਕ ਨਹੀਂ ਕਰਦਾ ਸਹੀ ਜੀ ਤੇ ਉਹ ਜਿਹਨੇ ਜਿਹਨਾਂ ਨੇ ਮਿਹਨਤ ਕਰਨੀ ਉਹਨਾਂ ਕੋ ਦਾ ਸਿਲਾਉ ਉਹਨੂੰ ਮਿਲਦਾ ਤੇ ਸਭ ਤੋਂ ਜ਼ਿਆਦਾ ਬਾਬਾ ਜੀ ਮਿਹਨਤ ਕਿੰਨੇ ਕੀਤੀ ਸਭ ਤੋਂ ਜ਼ਿਆਦਾ ਕਬੱਡੀ ਵਿੱਚ ਰੋਜ਼ ਕਿੰਨੇ ਖਮਾਇਆ ਜੀ ਨਹੀਂ ਸਹੀ ਜੀ ਮਿਹਨਤ ਬਹੁਤ ਕੀਤੀ ਜੀ ਅੱਛਾ ਜੀ ਇਹ ਉਹਨੂੰ ਕਿਹਾ ਨਾ ਕਿ ਤੂੰ 10 ਛੂਟਾਂ ਲਾਣੀ ਉਹਨੇ 11 ਲਾਣੀ ਮਾਸ਼ਾਅੱਲਾ ਜੀ ਅੱਛਾ ਜੀ ਜੇ ਉਹਨੂੰ ਕਿਹਾ ਵੀ 10 ਕਬਡੀਆਂ ਬਾਣੀਆਂ ਉਹਨੇ 12 ਹੀ ਬਾਣੀਆਂ ਅੱਛਾ ਜੀ ਤੇ ਉਹਦੇ ਵਿੱਚ ਜੇਕਰ ਜਿਲੇ ਟੈਨਿੰਗ ਕਰਦੇ ਸੀ ਜੇ ਕਿਸੇ ਨੂੰ ਕਿਹਾ ਨਾ ਵੀ 20 ਡੰਡ ਕੱਢਣੇ ਆ ਹਾਂਜੀ ਉਹ ਕਈਆਂ ਨੇ ਕੱਢਨੇ ਪੰਜ ਤੇ ਉਹਨੇ 25 ਕੱਢਨੇ 20 ਤੇ 25 ਕੱਢਨੇ ਜੀ ਬਾਈ ਮਿਹਨਤ ਸੀ ਤੇ ਨਾਲ ਜਿੰਨ ਮੱਲਾ ਜਿਵੇਂ ਮਿਹਨਤ ਬਹੁਤ ਮਿਹਨਤ ਆ ਬਾਈ ਇਹ ਟਾਰਗੇਟ ਤੋਂ ਐਕਸਟਰਾ ਕਰਦੇ ਸੀਗੇ ਜਿਹੜਾ ਤੁਸੀਂ ਟਾਰਗੇਟ ਦੇਂਦੇ ਕਿਉਂਕਿ ਉਸਤਾਦ ਟਾਰਗੇਟ ਇੱਕ ਵਧਾ ਕੇ ਦਿੰਦਾ ਹੁੰਦਾ ਹਾਂ ਰੋਜ਼ ਦਾ ਜਿਹੜਾ ਨਾ ਟੈਨਿੰਗ ਹਾਂਜੀ ਉਹ ਮੈਨੂੰ ਸਿਆ ਗੁਜ ਨੇ ਪੁੱਛਿਆ ਸੀ ਕਿ ਕਿੰਨੀ ਕ ਟ੍ਰੇਨਿੰਗ ਕਰਦੇ ਮੈਂ ਕਿਹਾ ਬਹੁਤ ਟ੍ਰੇਨਿੰਗ ਅੱਛਾ ਕਿੰਨੀ ਮੈਂ ਤੁਸੀਂ ਨਹੀਂ ਕਰ ਸਕਦੇ ਹਾਂਜੀ ਮੈਂ ਕਿਹਾ ਮੇਰੇ ਕੋਲ 5 ਟਾਈਮ ਟ੍ਰੇਨਿੰਗ ਦੇ ਸੀ ਹਾਂਜੀ ਜਿਵੇਂ ਸਵੇਰ ਸਵੇਰੇ ਮੈਂ ਕਿਹਾ ਨਹਿਰ ਤੇ ਜਾਣਾ ਹਾਂਜੀ 9 ਵਜੇ ਕੁਸ਼ਤੀ ਕਰਨੀ ਅੱਛਾ ਜੀ ਦੁਪਹਿਰ ਨੂੰ ਉਹਨਾਂ ਨਾਲ ਪਠੇ ਕੁਦਰ ਨੇ ਅੱਛਾ ਜੀ ਗੇਰ ਤੇ ਜੋੜ ਕੇ ਸਹੀ ਦਿਨ ਨੂੰ ਸਹੀ ਜੀ ਸ਼ਾਮ ਨੂੰ 5 ਵਜੇ ਗਰਾਉਂਡ 'ਚ ਕਬੱਡੀ ਖੇਡਣੀ ਅੱਛਾ ਜੀ ਰਾਤ ਨੂੰ ਫੇਰ ਕੁਸ਼ਤੀ ਕਰਨੀ 9 ਵਜੇ ਅੱਛਾ ਜੀ ਮੈਂ ਕਿਹਾ ਤੁਸੀਂ ਕਰ ਸਕਦੇ ਕਹਿੰਦਾ ਨਹੀਂ ਮੈਂ ਕਿਹਾ ਬੱਸ ਵੇ ਜਿਹਨੇ ਪਲੇਅਰ ਪਾਕਿਸਤਾਨ ਵਿੱਚ ਹੋਈ ਹੈ ਜਿਹੜੇ ਕੁਸ਼ਤੀ ਕਰਕੇ ਕਬੱਡੀ ਖੇਲੇ ਅੱਛਾ ਜੀ ਤਿੰਨਾਂ ਦੇ ਬਾਬਾ ਜੀ ਤਾਰਫ ਕਰਾਓ ਜੀ ਦੋਸਤ ਹੁੰਦੇ ਆ ਜੀ ਇੱਕ ਸ਼ਹੀਦ ਹੋ ਗਿਆ ਅੱਛਾ ਜੀ ਇੱਕ ਮਿੰਜਾਠ ਹੋਇਆ ਠੀਕ ਜੀ ਇੱਕ ਬਸਪਟੀ ਹੋਇਆ ਕੋਈ ਗੱਲ ਅੱਛਾ ਜੀ ਇਹ ਤਿੰਨ ਪਲੇਅਰ ਜਿਹਨਾਂ ਦੇ ਦੋ ਕਬੱਡੀਰ ਸੀ ਹਾਂ ਜੀ ਇੱਕ ਜਾਫੀ ਸੀ ਸਹੀ ਜੀ ਬਹੁਤ ਤਗੜੇ ਪਲੇਅਰ ਸੀ ਠੀਕ ਜੀ ਤੇ ਜਿਨ੍ਹਾਂ ਨਾਲ ਹੀ ਮੇਰਾ ਨਾ ਅੰਡਰਸਟੈਂਡਿੰਗ ਸੀਗੀ ਅੰਡਰਸਟੈਂਡਿੰਗ ਸੀਗੀ ਮੇਲਿਆਂ ਤੇ ਵੀ ਜਾਣਾ ਖੇਡਣਾ ਵੀ ਅੱਛਾ ਜੀ ਤੇ ਇਹ ਨਾਲ ਖੇਡਦੇ ਹੁੰਦੇ ਨਾਲ ਵੀ ਖੇਡਦੇ ਸੀਗੇ ਤੇ ਬਹੁਤ ਚੰਗੇ ਦੋਵੇਂ ਸਾਈਡ ਬਹੁਤ ਤਗੜੇ ਹੋਇਆ ਹਾਂ ਪਾਕਿਸਤਾਨ ਦੇ ਉਹ ਪਾਕਿਸਤਾਨ ਦਾ ਜਾਫੀ ਬਹੁਤ ਤਗੜਾ ਹੋਇਆ ਸਹੀ ਜੀ ਹਾਂ ਮੀਨ ਜੱਟ ਤੇ ਆਪਣਾ ਜੇ ਆਵਾਸ ਪੱਟੀ ਆ ਕੋਈ ਨਾਲ ਇਹ ਪੁਲਿਸ ਚ ਸੀਗੇ ਦੋਵੇਂ ਸਹੀ ਜਵਾਬ ਨਾਲ ਸੀ ਬਾਬਾ ਜੀ ਸੈਦ ਗੁਜਰ ਸਾਹਿਬ ਕਬੱਡਰ ਸੀਗੇ ਜੱਫੀ ਵੀ ਨਾਲ ਹੈ ਸੀ ਨੀ ਉਹ ਅਮਰਦਰ ਸਿੰਘ ਜਿਸ ਦੇ ਆਪਣਾ ਅ ਵਿਦੇਸ਼ ਸਿਸਟਮ ਸਾਡੇ ਮੈਚ ਹੁੰਦੇ ਸੀ ਹਾਂਜੀ ਅਗਰ ਮੈਚ ਆੜ ਜਾਣਾ ਨਾ ਕਬੱਡੀ ਭਾਜੀ ਜੱਫਾ ਵੀ ਲਾ ਲੈਣਾ ਅੱਛਾ ਜੀ ਹਾਂ ਦੋਵੇਂ ਕੰਮ ਕਰਦੇ ਕਰ ਜਾਂਦਾ ਹੈ ਲੇਕਿਨ मोस्टली ਪ੍ਰੋਫੈਸ਼ਨਲ ਜਿਹੜਾ ਸੀਗਾ ਉਹ ਰੀਡਰ ਸੀਗਾ ਜੀ ਪੱਕਾ ਸਾਈ ਸੀ ਉਹ ਕਬੱਡਰ ਸਾਈ ਸੀਗੇ ਜੀ ਸਹੀ ਜੀ ਤੇ ਬਬਾਈ ਤੁਹਾਡੀ ਆਪਣੀ ਜਿਹੜੀ ਟੀਮ ਹੁੰਦੀ ਸੀ ਆਲਾ ਸਿੰਘ ਜਿਹੜੇ ਤੁਸੀਂ ਖੇਡਦੇ ਸੀਗੇ ਹਾਂਜੀ ਉਦੋਂ ਤੁਹਾਡੀ ਜਾਪਦਾਨ ਦੇ ਵਿੱਚ ਤੇ ਇੱਕ ਬੱਡਰਾਂ ਦੇ ਵਿੱਚ ਕਿਹੜੇ-ਕਿਹੜੇ ਨਾਂ ਸੀਗੇ ਜੀ ਉਦਾਂ ਇੱਕ ਮੁੰਡਾ ਕਰਮਾ 에ਅਰਫੋਰਸ ਵਿੱਚ ਅੱਛਾ ਜੀ ਜੇ ਤੁਸੀਂ ਪਹਿਲੇ ਜ਼ਿਕਰ ਕੀਤਾ ਹਾਂਜੀ ਅੱਛਾ ਜੀ ਉਹ ਜਾਫੀਆਂ ਚੋਂ ਹੁੰਦਾ ਸੀ ਸਾਈ ਅੱਛਾ ਸਾਈ ਸਾਈ ਕਿਹੜੇ ਸੀ ਜਾਂ ਪਹਿਲੇ ਸਾਈ ਸੀ ਹਾਂਜੀ ਇੱਕ ਸਾਈ ਸੀਗਾ ਅੱਛਾ ਜੀ ਇੱਕ ਮੁੰਡਾ ਤਫੈਲ ਪੱਪੂ ਦਾ ਨਾਂ ਸੀ ਅੱਛਾ ਜੀ ਉਹ ਸੀਗਾ ਇੱਕ ਅਲੀਮ ਦਾ ਮਾਮਾ ਸੀ ਯੂਸਫ अच्छा जी ते ਤੁਸੀਂ ਬਾਬਾ ਜੀ ਆਪ ਮੈਂ ਆਪਸੇ ਦਾ اچھا ਜੀ ਜਾਫੀ ਸਾਡੇ ਕੋਲ ਸੀ ਇੱਕ ਮੁੰਡਾ ਰਫੀਕ ਹੈ ਕੋਟ ਕੋਟ ਦਾ ਨਾ اچھا ਜੀ ਇੱਕ ਮੁੰਡਾ ਸ਼ੌਕਤ ਸੀ ਰਾਣਿਆਂ ਦਾ اچھا ਜੀ ਇੱਕ ਮੁੰਡਾ ਸੀ ਆਪਣਾ ਕੀ ਨਾਂ ਜੱਟਾਂ ਦਾ ਮੁੰਡਾ ਸੀ ਉਹਦਾ ਨਾਂ ਸੀ ਸ਼ਰਾਮਤ اچھا ਜੀ ਬਹੁਤ ਤਗੜਾ ਜਾਫੀ ਸੀ ਉਹ ਸਹੀ ਜੀ ਕੈਲਿਜੈਂਸੀ ਕੋਲ ਉਹ ਫੋਟੋ ਹੋ ਗਿਆ ਤੇ ਬਹੁਤ ਚੰਗੇ ਜਾਫੀ ਸੀਗੇ ਸਾਡੇ ਕੋਲ ਸਾਥੀ ਬਹੁਤ ਚੰਗੇ ਸਹੀ ਵੀ ਚੰਗੇ ਸੀ ਜਾਫੀ ਵੀ ਚੰਗੇ ਸੀ ਸਹੀ ਜੀ ਜਿਹੜੇ ਮਰਜ਼ੀ ਦੋ ਤੋਰ ਦਿਓ ਜਿੱਦਾਂ ਹੁਣ ਹਲੀਮ ਤੇ ਜਹਾਰਾ ਤੇ ਆਪਣਾ ਤૈયਬ ਹਾਂਜੀ ਤੇ ਆਪਣਾ ਵਸੀਮ ਸੀਗੇ ਪਾਕ ਪੂਰੇ ਪੰਜਾਬ ਵਿੱਚ ਮੈਂ ਫਿਰਿਆ ਤੁਹਾਡੇ ਸਾਹਮਣੇ ਹਾਂਜੀ ਹਾਂਜੀ ਇਸ ਤਰ੍ਹਾਂ ਇੱਕ ਸਾਈਜ਼ ਤੇ ਦੂਜਾ ਸਾਈਜ਼ ਨਹੀਂ ਮੈਂ ਇਸ ਤਰ੍ਹਾਂ ਹੀ ਜੀ ਤੇ ਇਹ ਆ ਕਿ ਸਾਈਜ਼ ਬਹੁਤ ਔਖਾ ਥਿਆਰ ਹੁੰਦਾ ਅਸੀਂ ਰਬਾਬਾ ਤੁਹਾਡਾ ਸੈੱਟ ਸੀਗਾ ਉਦੋਂ ਜੀ ਹਾਂਜੀ ਇਹ ਸੈੱਟ ਦੇ ਉਦੋਂ weight ਸੀਗਾ ਜਾਂ ਖੁੱਲੇ ਵਿੱਚ ਨਹੀਂ ਨਹੀਂ ਖੁੱਲਾ ਚਾਹੇ ਅੱਗੇ ਕੋਈ 80 ਕਿਲੋ ਦਾ ਹੋਵੇ ਹੂੰ ਤੇ ਚਾਹੇ 100 ਕਿਲੋ ਦਾ ਹੋਵੇ ਲੇਕਿਨ ਜਿਹੜਾ ਬਾਬਾ ਜੀ ਤੁਹਾਡਾ ਆਪਣਾ ਸੈੱਟ ਸੀਗਾ ਇਹਦੇ ਵਿੱਚ ਜਿੰਨੇ ਵੀ ਪ੍ਰਵਾਨ ਸੀਗੇ ਜਿੰਨੇ ਪਲੇਅਰ ਸੀ ਸਾਰੇ ਤੋਂ ਉੱਤੇ ਕਿਰ ਵੀ ਕਿੰਨੇ ਕਿਲੋ ਦੇ ਸੀਗੇ 65 ਕਿਲੋ ਤੋਂ ਉੱਤੇ ਕੋਈ ਨਹੀਂ ਸੀ ਅੱਛਾ ਜੀ ਹਾਂ ਤੁਸੀਂ ਖੁਦ ਵੀ ਨਾਰਮਲ ਜਾਂ ਵੇਟ ਨਾਰਮਲ ਮੇਰਾ ਵੀ 65 ਕਿਲੋ ਤੋਂ ਲੈ ਕੇ 80 ਕਿਲੋ ਤੱਕ ਵਾਜ ਜਾਂਦਾ ਇੰਨੇ ਹੀ ਰਿਹਾ ਕੈਰੀਅਰ ਦੇ ਵਿੱਚ ਸਹੀ ਤਾਂ ਜੇ 60 ਕਿਲੋ ਵਾਜਦਾ ਸੀ ਪੱਕ ਨਾਲ ਹੀ ਫਾੜੇ ਨਹੀਂ ਸੀ ਹੁੰਦਾ ਅੱਛਾ ਜੀ ਸਕੂਲ ਸ਼ਤਾ ਦੇ ਪੇ ਜੀ ਖੇਡਦਾ ਸੀ ਨਾ ਜਿਹੜੇ ਤੇ ਉਸ ਵੇਲੇ ਉਹ 60 ਕਿਲੋ ਜੀ ਤਾਂ ਵੀ ਨਹੀਂ ਪਾੜ ਹੁੰਦਾ ਇਹ ਕੋਈ ਬੇਟਾ ਨਾ ਕਬੜੀ ਥੜੂ ਆਂਦੀ ਹਾਂਜੀ ਹਾਂ ਤੇ ਇਹ ਰ ਏਕ ਕੇ ਜੇ ਕੋਈ ਸਪੀਡ ਹੀ ਬਹੁਤ ਸੀ ਉਹਦਾਏ ਕਿ ਸਪੀਡ ਬਣਾਈ ਜਾਂਦੀ ਸਹੀ ਜੀ ਆ ਪਹਿਲਵਾਨ ਹੈ ਨਾ ਹਾਂਜੀ ਇਹਨਾਂ ਨੂੰ ਪਤਾ ਨਹੀਂ ਕਿ ਦੌੜਨਾ ਕਿਦਾਂ ਹਾਂਜੀ ਉਹਨੂੰ ਏਕ 20 25 200 ਮੀਟਰ ਤੇ ਮੈਂ ਸਟਾਰਟ ਦਿੰਦਾ ਸੀ ਜਿਹਨੂੰ ਪਿੱਛੇ ਫੜ ਲੈਣਾ ਉਹਨੂੰ ਫੜ ਕੇ ਸਟਾਰਟ ਤੇ ਖੜਾ ਕਰਕੇ ਫਿਰ ਧੱਕਾ ਦੇਣਾ ਉਹਨੂੰ ਅੱਛਾ ਜੀ ਧੱਕਾ ਦੇ ਕੇ ਫਿਰ ਉਹਨੂੰ ਕਹਿਣਾ ਭੱਜ ਭੱਜ ਅੱਛਾ ਜੀ ਮੈਂ ਇਹ ਕਹਿੰਦਾ ਸੀ ਕੋਸ਼ਿਸ਼ ਕਰਦਾ ਕਿ ਇਹ ਮੂੰਹ ਪਾ ਡੀ ਗਏ ਹਾਂਜੀ ਲੇਕਿਨ ਉਹ ਨਹੀਂ ਸੀ ਡੇਕਦਾ ਸਪੀਡ ਸਪੀਡ ਬਣਦੀ ਆ ਬੈਗ ਸਟਾਰ ਲਿਆ ਸਹੀ ਜੀ ਟੈਕਨੀਕ ਤੋਂ ਬਿਨਾਂ ਤਾਕਤ ਜਿੰਨੀ ਮਰਜ਼ੀ ਵੀ ਹੋਵੇ ਨਾ ਉਹ ਕਿਸੇ ਕੰਮ ਦੀ ਨਹੀਂ ਉਹਦੇ ਕੋਲ ਜੇ ਤਕਨੀਕ ਨਹੀਂ ਆ ਜਾਏ ਜੇ ਅਗਰ ਉਹਨੂੰ ਤਾਕਤ ਆਪਣਾ ਟੈਕਨੀਕ ਨਾ ਹੁੰਦੀ ਤੇ ਉਹਨਾਂ ਤੋਂ ਬਹੁਤ ਤਕੜੇ ਜਾਫੀ ਸੀ ਪਾਕਿਸਤਾਨ ਦੇ ਸਿਆਦ ਗੁਜਰ ਤੇ ਸ਼ਰਸ਼ੀ ਜਿਹੜਾ ਨਾ ਇਹ ਪਾਕਿਸਤਾਨ ਦੇ ਬਹੁਤ ਤਕੜੇ ਜਾਫੀ ਹੋਏ ਆ ਹਾਂਜੀ ਇਹਨਾਂ ਨਾਲੋਂ ਵੀ ਤਕੜੇ ਜਾਫੀ ਹੁੰਦੇ ਸੀ ਉਹਨਾਂ ਵਕਤਾਂ 'ਚ 5 5 6 6 ਜਾਫੀ ਜਿਹੜੇ ਇੱਕੋ ਜਿਹੇ ਹੁੰਦੇ ਸੀ ਤੇ ਜਿਹੜੇ ਤੁਹਾਡੇ 65 ਕਿਲੋ ਦੇ ਸਾਈ ਮੁਕਾਬਲਾ ਕਰਦੇ ਸੀ ਕਰਦੇ ਸੀ ਅਨੁਰਛ ਜਵਾਰ ਆਲਾ ਹੋ ਗਿਆ ਹਾਂਜੀ 12 ਆਲਾ ਖਾਲਾ ਸੀ ਉਹਦਾ 100 ਕਿਲੋ ਤੋਂ ਉੱਤੇ ਵਜ਼ਨ ਸੀ ਉਹ ਸਾਣਕ ਬੜੀ ਖੇਡਿਆ ਹथे ਤੇ ਉਹ ਇੱਕ ਕੋੜ ਵੀ ਨਹੀਂ ਫੜ ਸਕਿਆ ਸਹੀ ਜੀ ਅਨੁਰਛ ਵਾਲਿਆਂ ਨਾਲ ਮਾਰਸ਼ਲ ਲੇਜੈਂਡਸ ਕੇ ਮਾਰਸ਼ਲੀਮ ਨਾਲ ਬੜੇ ਮੈਚ ਹੋਏ ਸਾਡੇ ਅੱਛਾ ਜੀ ਔਰ ਬਹੁਤ ਹੀ ਸਪੋਰਟਮੈਨ ਸੀ ਉਹ ਸ਼ੌਕ ਰੱਖਦੇ ਸੀ ਬਹੁਤ ਚੰਗੇ 플레이ਰ ਸੀ ਤੇ ਉਹ 플레이 ਤਿਆਰ ਕਰਦੇ ਸੀ ਤੇ ਉਹਨਾਂ ਨੂੰ ਇਹ ਸਿਗਾ ਕੇ ਪਲੇ ਪਿਆਰ ਹੋ ਗਿਆ ਤੇ ਉਹ ਚਾਰ ਨੂੰ ਬਹੁਤ ਨੇਜ਼ ਕੀਤੀ ਉਹਨਾਂ ਨੇ ਕਈ ਮੁੰਡੇ ਉਹਨਾਂ ਨੇ ਪਾਲ ਕੇ ਆਪਣੇ ਘਰ ਤੇ ਉਹਨਾਂ ਨੂੰ ਬੜੀ ਖੁਸ਼ਾਈ ਬਪਾ ਜੀ ਜਿਹੜਾ ਤੁਹਾਡਾ ਸੈੱਟ ਚ ਇਹਦਾ ਕੋਈ ਯਾਦਗਾਰ ਮੈਸੇਜ ਉਸ ਵੇਲੇ ਦਾ ਜੀ ਜੋ ਤੁਸੀਂ ਖੁਦ ਵੀ ਖੇਡਦੇ ਸੀਗੇ ਉਸ ਵੇਲੇ ਦਾ ਯਾਦਗਾਰ ਸਾਡਾ ਮੈਚ ਹੋਇਆ ਸੀ ਜੀ ਸਾਡਾ ਹੋਇਆ ਸੀ ਮੈਚ ਇੱਕ ਮੈਚ ਸਾਡਾ 8-9 ਹੋਇਆ ਸੀ ਪਹਿਲਾ ਅੱਛਾ ਜੀ 78 ਦੇ ਵਿੱਚ 208 ਜੀ 208 ਦਾ ਆ ਜਿਹੜੀ ਖੇਦਰਾ ਲੱਗੇਗੀ ਖੇਦਰਾ ਲੱਗ ਅੱਛਾ ਜੀ ਇਹ 81 ਜੋ ਹੋਇਆ ਸੀ 78 ਇੱਕ ਮੈਚ ਸਾਡਾ ਹੋਇਆ ਸੀ ਆਪਣਾ 42 ਬੜਾ ਚੰਗਾ ਹੋਇਆ ਸੀ ਕਿੱਦੇ ਪਿੰਡੀ ਅੱਛਾ ਜੀ ਉਹ ਮਾਰਚੇ ਮੈਚ ਹੋਏ ਸੀ ਉਹਨਾਂ ਨੇ ਕਿਹਾ ਵੀ ਅਸੀਂ ਜਿੱਤਣਾ ਉਹਨਾਂ ਦੀ ਜਿਹੜੀ ਟੀਮ 8 ਵਾਲਿਆਂ ਦੇਖਣੋ ਮੈਚ ਸਾਡਾ 5-50 ਦਾ ਮੈਚ ਹੋਇਆ ਸੀ ਅੱਛਾ ਜੀ 5 ਨੰਬਰ ਉਹਨਾਂ ਦੇ 50 ਸਾਡੇ ਸੀ ਸਹੀ ਜੀ ਤੇ ਜਿੱਦਾਂ 78 ਦਾ ਸਾਡਾ ਹੋਇਆ 78 ਵਾ 8 ਵਾਲਾ ਉਸ ਦਿਨ ਵੀ ਉਹਨਾਂ ਦੇ ਹਿਸਾਬ ਸੀ ਕਿ ਉਹਨਾਂ ਦੇ ਉਹਨਾਂ 7-8 ਸਿੱਕੇ 44 ਸਹੀ ਜੀ ਤੇ ਜਿਹੜਾ ਬਾਬਾ ਜੀ ਬੜੈਚਾਂ ਵਾਲਾ ਮੈਚ ਵੈ ਬੜੈਚਾਂ ਵਾਲਾ ਮੈਚ ਕਿੱਦੇ ਪਿੰਡੀ ਹੋਇਆ ਸੀ ਉਹ ਵੀ ਇਦਾਂ ਹੋਇਆ ਸੀ ਉਹਨਾਂ ਸੈਫ ਮੁੰਡਾ ਸੀ ਬਾਬੜਾ ਦਾ ਅੱਛਾ ਜੀ ਉਹ ਚੰਗਾ ਚਾਫੀ ਸੀ ਹਾਂਜੀ ਉਹ ਕਹਿੰਦਾ ਮੈਂ ਭੱਜ ਨਹੀਂ ਦੇਣਾ ਉਹ ਸਹੀ ਨੂੰ ਇੱਕ ਜਫਾ ਵੀ ਨਹੀਂ ਲਾਇਆ ਨਹੀਂ ਲੱਗਿਆ ਜੀ ਨਹੀਂ ਲੱਗਾ ਤੇ ਨਾ ਉਹਨੂੰ 78 ਹੀ ਲੱਗਾ ਸੀ ਸਹੀ ਜੀ ਫਿਰ ਤਕਰੀਬਨ ਇਹ ਇੱਕ ਜਫਾ ਲੱਗ ਜਾਣਾ ਕੋਈ ਵੀ ਗੱਡੀ ਬੜੀ ਗੱਲ ਨਹੀਂ ਉਹ ਇਹ ਹੈ ਕਿ ਕੋਈ ਬੰਦਾ ਇਹ ਨਹੀਂ ਸੀ ਕਹਿੰਦਾ ਕਿ ਕਬੱਡੀ ਬੰਦਾ ਆਇਆ ਤਾਂ ਇਹ ਸਕੋਬਡੀ ਨਹੀਂ ਭੱਜਣਦਾ ਸਹੀ ਜੀ ਇਹ ਪਾਕਿਸਤਾਨ ਚ ਕਿਸੇ ਪੇ ਜਾਫੀ ਨਹੀਂ ਨੀ ਇਹ ਦਾਵਾ ਕੀਤਾ ਸਹੀ ਜੀ ਤੇ ਬਾਸ ਭੱਟੀ ਕਹਿੰਦਾ ਮੈਸੇਜ ਨੂੰ ਪੜ੍ਹਨਾ ਮੈਂ ਕਹਿੰਦਾ ਜਫਾ ਲੱਗ ਜਾਂਦਾ ਕੋਈ ਗੱਲ ਨਹੀਂ ਹਾਂਜੀ ਤੂੰ ਇਹ ਦੱਸਣਾ ਕਿ ਮੈਂ ਕੋਈ ਨਹੀਂ ਜਾਣਦਾ ਅੱਛਾ ਜੀ ਰਾ ਮਕਬੂਲੀ ਜਫੇ ਲਾਟਿਆ ਹਾਂਜੀ ਸਾਰੇ ਪਾਕਿਸਤਾਨ ਦੇ ਜਿੰਨੇ ਤਗੜੇ ਸਾਈ ਸੀ ਲਾਏ ਛੱਡੀ ਨਹੀਂ ਲੱਗਦਾ ਉਹਦੇ ਜਫਾ ਲਾਇਨਾ ਕੋਈ ਗੱਲ ਨਹੀਂ ਬੰਦਾ ਪਠੇ ਪਠੇ ਵੱਢਣ ਵਾਲਾ ਵੀ ਜਫਾ ਲਾਏਗਾ ਉਹ ਕੋਈ ਨਹੀਂ ਹੱਥ ਵਾਰੀਏ ਸਹੀ ਜੀ ਤਾਂ ਇਹ ਹੈ ਕੋ ਉਹਨੂੰ ਤਿੰਨ ਗੀ ਇੰਨੀ ਸੀ ਕਿ ਦੂਜਾ ਅੱਲਾਹ ਤਾਲਾ ਨੇ ਉਹਨੂੰ ਨੂਰ ਦਿੱਤਾ ਸੀ ਇਹ ਤਿੰਨ ਚਾਰ ਚੀਜ਼ਾਂ ਜਿਹੜੀਆਂ ਕਿਸੇ 플레이ਰ ਵਿੱਚ ਬਹੁਤ ਘੱਟ ਹੁੰਦੀਆਂ ਸਹੀ ਜੀ ਇੱਕ 플레이ਰ ਆ ਉਹਦੇ ਵਿੱਚ ਤਾਕਤ ਹੋਏਗੀ ਟੈਕਨੀਕ ਨਹੀਂ ਹੋਏਗੀ ਹਾਂਜੀ ਇੱਕ 플레이ਰ ਆ ਉਹਦੇ ਵਿੱਚ ਆਪਣਾ ਕਰੰਟ ਹੋਏਗਾ ਜੇ ਕੋਈ ਵਿੱਚ ਤਾਕਤ ਨਹੀਂ ਹੋਏਗੀ ਤਾਕਤ ਵੀ ਜ਼ਰੂਰੀ ਆ ਜੀ ਜ਼ਰੂਰੀ ਆ ਇੱਕ ਬੰਦੇ ਵਿੱਚ ਇਹ ਦੋ ਚੀਜ਼ਾਂ ਹੋਣਗੀਆਂ ਉਹਦਾ ਦਿਲ ਨਹੀਂ ਹੋਏਗਾ ਲੇਕਿਨ ਉਹ ਵਦਾਈਏ ਕਿ ਜਿਹੜੀਆਂ ਅੱਲਾਹ ਨੇ ਚੀਜ਼ਾਂ ਚੰਨੇ ਚਾਰੇ ਆ ਨਾ ਨੂਰ ਹਾਂਜੀ ਟੈਕਨੀਕ ਤਾਕਤ ਤੇ ਸਪੀਡ ਤੇ ਬਾਬਾ ਜੀ ਫਿਰ ਤਾਬਿਆਦਾਰੀ ਜੀ ਤਾਬਿਆਦਾਰੀ ਇਹ ਕੋ ਜਿੰਨਾ ਚਿਰ ਪਾਕਿਸਤਾਨ ਦੀ ਕਮੇਟੀ ਖੇਡਿਆ ਹਾਂਜੀ ਤੇ ਅੱਲਾਹ ਅਕਬਰ ਉਹਨੂੰ ਮੈਂ ਚੰਗਾ ਨਹੀਂ ਕਿਹਾ ਅਸਲੀ ਹਾਂ ਪਹਿਲੇ ਨੂੰ ਪਤਾ ਕਿੰਦਾ ਖਰਾਬ ਕਰਦੇ ਸੀ ਬੱਚੇ ਆਪਣੇ ਨੂੰ ਹਾਂਜੀ ਉਹ ਉਹ ਹੁੰਦਾ ਆਪਣਾ 12 ਨਹੀਂ ਹੁੰਦਾ ਤਾਂ ਅਸੀਂ ਉਹਨਾਂ ਕਹਿੰਦੇ 16 ਨੇ ਇਹ ਹੈਗਾ 20 ਨੇ ਸਹੀ ਜੀ ਮੇਰੇ ਬੱਚੇ ਨਾਲ ਬੱਚਾਈ ਕੋਈ ਨਹੀਂ ਮੇਰੇ 플레이 ਨਾਲ 플레이 ਕੋਈ ਨਹੀਂ ਉਹਨੂੰ ਅਸੀਂ ਕਰ ਹੁਣ ਆਜ ਕੱਲ ਮੀਡੀਆ ਖਰਾਬ ਕਰਦਾ ਹਾਂਜੀ ਬੱਲੇ ਬੱਲੇ ਉਹ ਦੱਸ ਜੇ ਕਬੱਡੀ ਮੋਟਾ ਕਹਿੰਦੇ ਬੱਲੇ ਬੱਲੇ ਜਿਸ ਵੇਲੇ 플레이 ਖਰਾਬ ਹੁੰਦਾ ਉਹਨੂੰ ਜਿਹਦੇ ਹਵਾ ਮਿਲਦੀ ਨਾ ਉਸ ਵੇਲੇ ਖਰਾਬ ਹ ਤੇ ਜਿਹੜਾ 플레이ਰ ਹਵਾ ਮਿਲੀ ਤੇ ਖਰਾਬ ਨਾ ਨਾ ਆਪਣੀ ਜਗ੍ਹਾ ਤੇ ਰਵੇ ਉਹ ਕਾਮਯਾਬ ਹੈ ਜਿਹੜਾ ਹਵਾ ਤੇ ਚੜ ਜਾਂਦਾ ਉਹ ਕਾਮਯਾਬ ਨਹੀਂ ਹੈ